ਸ਼੍ਰੀਕਲ ਦੋਸਤੋ ਮੈਨੂੰ ਕੁਝ ਕਪੇਜਾਂ ਵਾਲੇ ਦੇ ਮੈਸੇਜ ਆਉਂਦੇ ਆ ਜੋ ਕਿ ਮੈਨੂੰ ਨਹੀਂ ਚੰਗੇ ਲੱਗਦੇ ਕਿਉਂਕਿ ਇਹ ਕਹਿੰਦੇ ਆ ਨਾ ਮੈਨੂੰ ਕਿ ਕਮਲਾ ਸਾਡੀ ਆਈਡੀ ਪ੍ਰਮੋਟ ਕਰਦੇ ਸਟੋਰੀ ਚ ਆਪਣ ਸਾਡੀ ਆਈਡੀ ਦਾ ਲਿੰਕ ਪਾ ਦੇ ਮੈਂ ਲਿੰਕ ਤਾਂ ਪਾ ਦਵਾਂ ਕੁਝ ਹੋਣਾ ਵੀ ਤਾਂ ਚਾਹੀਦਾ ਤੁਹਾਡੀ ਆਈਡੀ 'ਚ ਯਾਰ ਜਦੋਂ ਆਈਡੀ ਖੋਲ ਕੇ ਦੇਖੋ ਨੰਗੀਆਂ ਫਿਲਮਾਂ ਨੀਲੀਆਂ ਫਿਲਮਾਂ ਦੇ ਸੀਨ ਚੁੰਮਾ ਚਾਟੀ ਤੇ 5 ਸਾਲ ਦੀ ਕੁੜੀ ਦੀ ਵੀਡੀਓ ਦੇਖ ਲਓ ਲਿੰਕ ਇਨ ਬਾਇਓ 12 ਸਾਲ ਦੀ ਕੁੜੀ ਦੀ ਵੀਡੀਓ ਦੇਖ ਲਓ ਕਾਲਜ ਗਰਲ ਦੀ ਵੀਡੀਓ ਦੇਖ ਲਓ ਮੈਂ ਕਿਸਦੇ ਦੀ ਪੈਣ ਦੀ ਇੱਜ਼ਤ ਉਛਾਲ ਕੇ ਪੈਸੇ ਕਮਾਉਣ ਬਾਰੇ ਸੋਚਿਆ ਤੱਕ ਨਹੀਂ ਨਾ ਕਦੀ ਮੈਂ करूंगी ਉਹ ਜਿਹੇ ਕੰਮ ਤੇ ਤੁਸੀਂ ਮੈਨੂੰ ਐਦਾਂ ਦੇ ਮੈਸੇਜ ਨਾ ਕਰਿਆ ਕਰੋ ਯਾਰ ਦੇਖੋ ਨਹੀਂ ਤਾਂ ਮੈਂ ਬਲੌਕ ਕਰ ਦਾਂਗੀ ਤੇ ਰਹੀ ਗੱਲ ਪ੍ਰੋਮੋਸ਼ਨ ਦੀ ਮੈਂ ਕਿਸੇ ਦੀ ਪ੍ਰੋਮੋਸ਼ਨ ਕਰਨੀ ਹੀ ਨਹੀਂ ਅੱਜ ਤੋਂ ਬਾਅਦ ਰਿਪਲਾਈ ਵੀ ਨਹੀਂ ਕਰੂੰਗੀ ਕਿਉਂਕਿ ਯਾਰ ਤੀਆਂ ਪਹਿਣਾ ਮਾਵਾਂ ਤਾਂ ਸਾਂਝੀਆਂ ਹੁੰਦੀਆਂ ਯਾਰ ਅੱਜ ਨੂੰ ਮੈਂ ਕਿਸੇ ਦੇ ਤੀ ਪਹਿਣ ਦੀ ਇੱਜ਼ਤ ਖਰਾਬ ਕਰਾਂਗੀ ਕੱਲ ਨੂੰ ਮੇਰੀ ਵੀ ਕੁੜੀ ਵੱਡੀ ਹੋ ਰਹੀ ਹੈ ਉਹਦੀ ਵੀ ਇੱਜ਼ਤ ਕੋਈ ਖਰਾਬ ਕਰੂਗਾ ਸੋ ਕਰਮਾ ਇੱਥੇ ਹੀ ਆ ਸਭ ਕੁਝ ਸਵਰਗ ਨਰਕੇ ਇੱਥੇ ਹੀ ਆ ਹਨਾ ਜਿੰਨੇ ਜੋਗ ਕਰਨਾ ਉਤੇ ਉਦਾਂ ਹੀ ਮਿਲਣਾ ਉਹਨੂੰ ਬਾਕੀ ਮੈਂ ਮੈਨੂੰ ਕੋਈ ਕਹੂਗਾ ਇਹ ਆਈ ਵੱਡੀ ਸਤੀ ਸਵਿਤਰੀ ਮੈਂ ਸਤੀ ਸਵਿਤਰੀ ਆ ਮੈਂ ਕਿਸੇ ਨੂੰ ਲੱਤਾਂ ਚੱਕ ਕੇ ਦੇਣ ਨਹੀਂ ਜਾਂਦੀ ਠੀਕ ਆ ਮੈਂ ਤਾਂ ਬਸ ਬੋਲ ਪੜਾ ਕੁੜੀ ਹੈਗੀ ਆ ਤੇ ਜਿਹੜੀਆਂ ਕੁੜੀਆਂ ਬੋਲ ਪੜਾਕ ਹੁੰਦੀਆਂ ਉਹਨਾਂ ਨੂੰ ਦੁਨੀਆ ਨਹੀਂ ਪਸੰਦ ਕਰਦੀ ਹੁੰਦੀ ਆ ਤੇ ਨਾ ਮੈਂ ਕਿਸੇ ਦਾ ਬੁਰਾ ਸੋਚਾਂ ਨਾ ਕਰਾਂ ਕਿ ਮੈਂ ਤੁਹਾਨੂੰ ਕਿੱਦਾਂ ਕੁੜੀ ਲੱਗਦੀ ਆ ਸੈਕਸੀ ਹੌਟ ਐਂਡ ਬੇਕਾਰ ਹੈ ਕਮੈਂਟ ਜ਼ਰੂਰ ਕਰਕੇ ਜਾਣਾ ਤੇ ਕਿਵੇਂ